ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਵੱਲੋਂ ਹਰਿਆਣਾ ਦੇ ਲਈ 60% ਆਰਕਸ਼ਣ ਅਤੇ ਪੰਜਾਬ ਦੇ ਲਈ 40% ਆਰਕਸ਼ਣ ਦਾ ਮੁੱਦਾ ਗਰਮਾਉਂਦਾ ਨਜ਼ਰ ਆ ਰਿਹਾ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦੇ ਬਾਅਦ ਹੁਣ ਪੰਜਾਬ ਸਰਕਾਰ ਦੇ ਵਿਧਾਇਕ ਨਵਤੇਜ ਚੀਮਾ ਵੀ ਕੇਂਦਰ ਸਰਕਾਰ ਦੀ ਇਸ ਨੀਤੀ ਦਾ ਵਿਰੋਧ ਕਰ ਰਹੇ ਨੇ। ਇਸ ਨੂੰ ਭਾਜਪਾ ਦੀ ਪੰਜਾਬ ਦੇ ਪ੍ਰਤੀ ਨਕਾਰਾਤਮਕ ਸੋਚ ਦਾ ਪ੍ਰਮਾਣ ਦੱਸ ਰਹੇ ਨੇ। ਚੀਮਾ ਨੇ ਇਸ ਤੋਂ ਇਲਾਵਾ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਦੇ ਲਈ ਵੀ ਕੇਂਦਰ ਸਰਕਾਰ ਨੂੰ ਦੋਸ਼ੀ ਦੱਸਿਆ। ਅਕਾਲੀ ਦਲ ਤੇ ਵਾਰ ਕਰਦਿਆਂ ਚੀਮਾ ਨੇ ਕਿਹਾ ਕਿ 1920 'ਚ ਬਣੀ ਅਕਾਲੀ ਦਲ ਹੁਣ 2019 'ਚ ਖਤਮ ਹੋਣ ਵੱਲ ਵੱਧ ਰਹੀ ਹੈ। ਉਨ੍ਹਾਂ ਅਕਾਲੀ ਦਲ ਦੀ ਰੈਲੀ ਨੂੰ ਵੀ ਅਕਾਲੀ ਦਲ ਵੱਲੋਂ ਆਪਣਾ ਅਕਸ ਬਚਾਉਣ ਵਾਲੀ ਰੈਲੀ ਦੱਸਿਆ। ਇਹ ਅਕਾਲੀ ਦਲ ਬਾਦਲ 1920 'ਚ ਬਣਿਆ ਸੀ, ਅਕਾਲੀ ਦਲ ਪਾਰਟੀ, ਔਰ ਹੁਣ 2019 'ਚ ਖਤਮ ਹੋ ਗਈ। ਜੇ ਤੁਸੀਂ ਦੇਖ ਵੀ ਜਾਓਗੇ ਅੱਗੇ ਤੋਂ ਅੱਗੇ ਜਿਹੜੇ ਢੀਂਡਸਾ ਸਾਹਿਬ ਵਰਗੇ ਬੜੇ ਸੀਨੀਅਰ ਔਰ ਉਸ ਤੋਂ ਬਾਅਦ ਮਾਝੇ ਦੇ ਜਿਹੜੇ ਸਾਰੇ ਲੀਡਰਾਂ ਨੇ ਕੀਤਾ, ਇਹ ਸਾਰੇ ਅਕਾਲੀ ਦਲ ਦੇ ਟਕਸਾਲੀ ਆ ਨਾ, ਉਹ ਆਪਣੇ ਦਿਲ ਦੇ ਵਿੱਚ ਅੱਗ ਨੱਪ ਕੇ ਬੈਠੇ ਸੀ ਔਰ ਹੁਣ ਬਾਹਰ ਨਿਕਲਣੀ ਸ਼ੁਰੂ ਹੋ ਗਈ ਆ। ਇੱਕ ਦਿਨ ਆਉਣਾ ਤੁਹਾਡੇ ਸਾਹਮਣੇ ਜਦੋਂ ਕਿ ਬਾਦਲ ਪਰਿਵਾਰ ਨੂੰ ਪਾਸੇ ਕਰਨਾ ਇਹਨਾਂ ਨੇ ਔਰ ਅਕਾਲੀ ਦਲ ਦੀ ਜਿਹੜੀ ਮਾੜੀ ਮੋਟੀ ਹੋਂਦ ਬਚੀ ਉਹ, ਪਰ ਨਹੀਂ ਲੱਗਦਾ ਨਹੀਂ ਇਹ ਖਿਲਰ ਜਾਣਾ ਸਾਰਾ, ਅਕਾਲੀ ਦਲ ਖਤਮ ਹੋ ਜਾਏ। ਅਕਾਲੀ ਦਲ ਰੈਲੀਆਂ ਕਰ ਰਿਹਾ ਵੀ ਲੋਕਾਂ ਦੇ ਵਿੱਚ ਦੱਸਣ ਲਈ ਵੀ ਅਸੀਂ ਲੋਕਾਂ ਦੇ ਵਿੱਚ ਜਾ ਸਕਦੇ ਹਾਂ, ਅਸੀਂ ਲੋਕਾਂ ਦੇ ਪਿੰਡਾਂ ਜਾ ਸਕਦੇ ਹਾਂ, ਪਰ ਉਹੀ ਆਪਣੇ ਜਿਹੜੇ 4-5 ਹਜ਼ਾਰ ਜਿਹੜੇ ਬੰਦੇ ਲਿਆਉਂਦੇ ਕਿਰਾਏ 'ਤੇ ਦੂਜੇ, ਉਹਨਾਂ ਨੂੰ ਰੈਲੀਆਂ ਕਰਨ ਲਈ ਸਥਾਪਿਤ ਕਰ ਰਿਹਾ ਔਰ ਅਸੀਂ ਰੈਲੀ ਲੰਬੀ ਕਰ ਰਹੇ ਹਾਂ ਅਸੀਂ ਲੋਕਾਂ ਨੂੰ ਦੱਸਣ ਲਈ ਔਰ ਇਹਨਾਂ ਦਾ ਜੋ ਪਿਛਲੇ ਸਮੇਂ 1.5 ਸਾਲ ਦੇ ਵਿੱਚ ਅਸੀਂ ਕੰਮ ਕੀਤੇ 2-2.5 ਸਾਲ 'ਚ ਉਹ ਲੋਕਾਂ ਸਾਹਮਣੇ ਰੱਖਣ ਲਈ ਔਰ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਕਰ ਰਹੇ ਹਾਂ। ਸੂਬੇ 'ਚ ਅਫੀਮ ਦੀ ਖੇਤੀ ਦੇ ਮਾਮਲੇ 'ਚ ਬੋਲਦੇ ਹੋਏ ਚੀਮੇ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਬਿਆਨ ਦਾ ਹਵਾਲਾ ਦੇ ਕੇ ਸਹਿਮਤੀ ਦਰਸਾਈ ਹੈ। ਬਿਲਕੁਲ, ਜਿਹੜੀ ਦਵਾਈਆਂ ਦੇ ਵਿੱਚ ਅਫੀਮ ਦੀ ਮਾਤਰਾ ਜਿਹੜੀ ਪੈਂਦੀ ਆ ਉਹ ਆਪਾਂ ਮੰਗਵਾਉਂਦੇ ਹਾਂ ਕਿੰਨੇ ਮਹਿੰਗੇ ਭਾਅ 'ਤੇ, ਜੇ ਸੀ ਐੱਮ ਸਾਹਿਬ ਦੀ ਜਿਹੜੀ ਸੋਚ ਆ ਵੀ ਉਹ ਦਵਾਈਆਂ ਲਈ ਹੋਵੇ ਤਾਂ ਫਿਰ ਤਾਂ ਠੀਕ ਆ, ਕੋਈ ਗੱਲ ਨਹੀਂ। ਸਾਂਝ ਟੀਵੀ ਲਈ ਕਪੂਰਥਲਾ ਤੋਂ ਇੰਦਰਜੀਤ ਸਿੰਘ ਚਾਹਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।